ਮੰਡੀ ਵਰੀਵਾਲਾ ਦੇ ਸਹਿਕਾਰੀ ਬੈਂਕ ਦੇ ਮੈਨੇਜਰ ਖਜਾਨਚੀ ਅਤੇ ਪਿੰਡ ਹਰੀਕੇ ਕਲਾਂ ਸਹਿਕਾਰੀ ਸਭਾ ਦੇ ਮੈਂਬਰ ਅਤੇ ਚੇਅਰਮੈਨ ਦੇ ਖਿਲਾਫ ਥਾਣਾ ਵਰੀਵਾਲ ਦੇ ਵਿੱਚ ਧੋਖਾਧੜੀ ਦਾ ਮੁਕਦਮਾ ਦਰਜ ਕੀਤਾ ਗਿਆ। ਦਰਅਸਲ ਪਿੰਡ ਹਰੀਕੇ ਕਲਾਂ ਸਮਾਧ ਸਹਿਕਾਰੀ ਸਭਾ ਦੇ ਪ੍ਰਧਾਨ ਅਤੇ ਚੇਅਰਮੈਨ ਦੇ ਖਿਲਾਫ ਥਾਣਾ ਵਰੀਵਾਲਾ ਦੀ ਪੁਲਿਸ ਨੇ ਧੋਖਾਧੜੀ ਦਾ ਮੁਕਦਮਾ ਦਰਜ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਦੋਸ਼ੀਆਂ ਨੇ ਮਾਈ ਭਾਗੋ ਯੋਜਨਾ ਦੇ ਤਹਿਤ 25-25 ਹਜ਼ਾਰ ਰੁਪਏ ਦੇ 19 ਫਰਜ਼ੀ ਕਰਜ਼ਾ ਕੇਸ ਤਿਆਰ ਕਰਕੇ 4,75,000 ਰੁਪਏ ਦੀ ਰਕਮ ਦਾ ਗਬਨ ਕੀਤਾ ਅਤੇ ਜਿਨ੍ਹਾਂ ਔਰਤਾਂ ਦੇ ਨਾਮ ਤੇ ਖਾਤੇ ਖੋਲੇ ਗਏ। ਦਰਅਸਲ ਉਹ ਔਰਤਾਂ ਦਾ ਇਸ ਪਿੰਡ ਦੇ ਵਿੱਚ ਨਾਮੋ ਨਿਸ਼ਾਨ ਵੀ ਨਹੀਂ ਹੈ। ਇਹਨਾਂ ਜਸਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਦੀ ਦਰਖਾਸਤ ਪੜਤਾਲ ਕੀਤੀ ਸੀਗੀ, ਉਹਨੇ ਖਿਲਾਫ਼ ਦਿੱਤੀ ਸੀ ਜਸਵਿੰਦਰ ਸਿੰਘ ਸਾਨੂੰ ਸਰਜੀਤ ਸਿੰਘ ਦੇ ਖਿਲਾਫ਼ ਜਿਹੜਾ ਪਹਿਲਾਂ ਪ੍ਰਧਾਨ ਸੀਗਾ ਦੀ ਹਰੀਕਾ ਕਲਾ ਐਂਡ ਸਮਾਗ ਕੋਆਪਰੇਟਿਵ ਜਿਹੜੀ ਸੁਸਾਇਟੀ ਨਾ ਉਹਦਾ ਸਭਾ ਦਾ ਪ੍ਰਧਾਨ ਸੀਗਾ ਵੀ ਇਹਨੇ ਮਤਲਬ ਕੋਈ ਧਾਂਦਲੀਆਂ ਕੀਤੀਆਂ। ਜਿਹੜੀਆਂ ਪੜਤਾਲ ਕੀਤੀ ਕਿ ਮੇਰੇ ਵੱਲੋਂ ਕੀਤੀ ਕਿ ਪੜਤਾਲ ਤੋਂ ਪਾਇਆ ਗਿਆ ਕਿ ਇਹਨੇ ਵਾਕਈ 19 ਔਰਤਾਂ ਜਿਹੜੀਆਂ ਉਸ ਪਿੰਡ ਦੀਆਂ ਰਹਿਣ ਵਾਲੀਆਂ ਨੇ ਉਹਨਾਂ ਦੇ ਖਾਤੇ ਖੋਲ੍ਹ ਕੇ ਅਤੇ ਐਡਵਾਂਸ ਲੋਨ ਮਤਲਬ ਪਾਸ ਕਰਾਇਆ ਅਤੇ ਇੱਕ ਚੌਕੀਦਾਰ ਜਿਹੜਾ ਮਤਲਬ 18 ਤੋਂ 25 ਸਾਲ ਦੀ ਉਮਰ ਦਾ ਰੱਖ ਸਕਦੇ ਹਾਂ, ਜਿਹੜਾ 48 ਸਾਲ ਦੀ ਉਮਰ ਦਾ ਰੱਖਿਆ। ਉਹ ਮਤਲਬ ਇਹਨਾਂ ਨੇ ਕਾਫ਼ੀ ਧਾਂਦਲੀਆਂ ਕੀਤੀਆਂ ਬੈਂਕ 'ਚ ਉਸਦੇ ਜਿਹੜੇ ਉਹਦੇ ਜਸਵਿੰਦਰ ਸਿੰਘ ਦੀ ਦਰਖਾਸਤ 'ਤੇ ਮੁਕਦਮਾ ਨੰਬਰ 77/16/8/17 ਦਰਜ ਰਜਿਸਟਰ ਕੀਤਾ ਗਿਆ ਅਤੇ ਉਹਦੀ ਤਫਤੀਸ਼ ਚੱਲ ਰਹੀ ਹੈ ਅਤੇ ਜਿਹੜੇ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ ਹੈ। ਦੋਸ਼ੀ ਟੋਟਲ ਦੋਸ਼ੀ 4 ਨੇ, ਜਿਹਦੇ 'ਚ ਜਸਵਿੰਦਰ ਸਿੰਘ ਹੈ, ਇੱਕ ਗੁਰਨਾਮ ਸਿੰਘ ਸਕੱਤਰ ਹੈ, ਇੱਕ ਹਰਪ੍ਰੀਤ ਹੈ, ਜਿਹੜੇ ਬੈਂਕ ਨਾਲ ਸੰਬੰਧਿਤ ਕਰਮਚਾਰੀ ਹੈ। ਸਾਡੇ ਪਿੰਡ ਜੀ ਸਰਕਾਰੀ ਸਭਾ ਪਿੰਡ ਹਰੀਕੇ ਕਲਾਂ ਦੀ ਅੱਜ ਤੋਂ 13/7/2015 ਦੇ ਵਿੱਚ ਸਾਡਾ ਸੈਕਟਰੀ ਰਿਟਾਇਰਮੈਂਟ ਹੋਇਆ ਗੁਰਨਾਮ ਸਿੰਘ। ਉਸ ਤੋਂ ਬਾਅਦ ਜਦੋਂ ਨਵਾਂ ਸੈਕਟਰੀ ਆਇਆ ਉਹਨੇ ਆ ਕੇ ਸਾਰੀ ਸਟ੍ਰੈਟੀ ਦੀ ਜਦੋਂ ਆਪਣਾ ਬਰੀਕੀ ਨਾਲ ਜਾਂਚ ਕੀਤੀ ਉਹਦੇ 'ਚ ਉਹਨੇ ਪਾਇਆ ਵੀ 19 ਫਰਜ਼ੀ ਔਰਤਾਂ ਦੇ ਨਾਂ 'ਤੇ ਉਹਨਾਂ ਨੇ 25-25 ਹਜ਼ਾਰ ਰੁਪਈਆ ਕਢਾਇਆ ਸੀ, ਜਿਹੜੀਆਂ ਕਿ ਉਹ ਔਰਤਾਂ ਸਾਡੇ ਪਿੰਡ ਦੀਆਂ ਨਹੀਂ ਸੀ। ਉਹਦੀ ਜੋ ਜਾਂਚ ਹੋਈ ਅਤੇ ਅਖਬਾਰ ਦੇ ਵਿੱਚ ਖਬਰ ਆਈ, ਆਹ ਸਾਡੇ ਕੋਲ ਅਖਬਾਰ ਦੀ ਕਟਿੰਗ ਹੈ, ਫਿਰ ਸਾਨੂੰ ਪਤਾ ਲੱਗਿਆ ਫਿਰ ਅਸੀਂ ਪਿੰਡ ਦੇ ਮੋਹਤਵਾਰ ਹੋਣ ਦੇ ਨਾਤੇ ਇਹ ਸਾਰਾ ਸਟੈਪ ਚੱਕਿਆ। ਉਦੋਂ ਤੋਂ ਹੀ ਅਸੀਂ ਕੋਆਪਰੇਟ ਸਟ੍ਰੈਟੀ ਵਾਲਿਆਂ ਨੇ ਵੀ ਇਹਦਾ ਜਿਹੜਾ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਅਤੇ ਉਹਨਾਂ ਦਾ ਉਦੋਂ ਸਰਕਾਰੀ ਦਬਾਅ ਕਰਕੇ ਉਹਨਾਂ ਦੇ ਸਰਕਾਰੀ ਦਰਬਾਰੇ ਚੱਲਦੀ ਸੀ, ਅਕਾਲੀ ਦਲ ਦੀ ਸਰਕਾਰ ਸੀ, ਇਸ ਕਰਕੇ ਉਹ ਪਰਚਾ ਦਰਜ ਉਦੋਂ ਨਹੀਂ ਹੋਇਆ। ਉਦੋਂ ਤੋਂ ਲੈ ਕੇ ਅਸੀਂ ਸਾਰੇ ਦਸਤਾਵੇਜ਼ ਇਕੱਠੇ ਕੀਤੇ, ਆਹ ਉਹ 19 ਫਰਜ਼ੀ ਔਰਤਾਂ ਦੇ ਨਾਂ ਹੈ ਜਿਹੜਾ ਸਰਕਾਰੀ ਰਿਕਾਰਡ ਹੈ, ਇਹ ਵੀ ਸਾਡੇ ਕੋਲ ਹੈ। ਇਹ ਜਿਹੜੀ ਰਿਕਾਰਡ ਚੈੱਕ ਹੋਇਆ 13/7/2015 ਨੂੰ ਹੋਇਆ ਜੀ, ਅਤੇ ਇਹਦੀ ਸਿਫਾਰਿਸ਼ ਪਰਚੇ ਦੀ ਸਰਕਾਰੀ ਇੰਸਪੈਕਟਰ ਨੇ ਸਰਕਾਰਤਾ ਸਭਾ ਨੇ 21/8/2015 ਨੂੰ ਇਹਦੀ ਸਿਫਾਰਿਸ਼ ਕੀਤੀ ਵੀ ਪਰਚਾ ਦਰਜ ਹੋਣਾ ਚਾਹੀਦਾ। ਉਹਦੀ ਵੀ ਸਾਡੇ ਕੋਲ ਫੋਟੋ ਕਾਪੀ ਹੈ, ਪਰ ਉਹ ਪਰਚਾ ਦਰਜ ਨਹੀਂ ਹੋਇਆ। ਆਹ ਜਿਹੜੇ ਫਰਜ਼ੀ ਔਰਤਾਂ ਦੇ ਨਾਵਾਂ 'ਤੇ ਇਹਨਾਂ ਨੇ ਜਾਅਲੀ ਚੈੱਕ ਲਾ ਕੇ ਪੈਸੇ ਕਢਾਏ। ਆਹ ਸਾਡੇ ਕੋਲ ਚੈੱਕਾਂ ਦੀਆਂ ਕਾਪੀਆਂ, ਇੱਥੇ ਪ੍ਰਧਾਨ ਦੇ ਸਹਿਣ ਹੈ, ਬੈਂਕ ਮੈਨੇਜਰ ਦੇ ਸਹਿਣ ਹੈ ਅਤੇ ਕੈਸ਼ੀਅਰ ਦੇ ਸਹਿਣ ਹੈ ਜੀ। ਉਹਦੇ 'ਚ ਇਹ 19 ਫਰਜ਼ੀ ਔਰਤਾਂ ਦੇ ਨਾਂ 'ਤੇ 4,15,000 ਰੁਪਏ ਦੀ ਇਹਨਾਂ ਨੇ ਉਹ ਠੱਗੀ ਮਾਰੀ। ਫਿਰ ਇੱਕ ਠੱਗੀ ਹੋਰ ਸਾਹਮਣੇ ਆਈ ਜੀ, ਇਹਨਾਂ ਨੇ 21 ਮੈਂਬਰਾਂ ਪਾਸੋਂ ਜਿਹੜੀ ਵਸੂਲੀ ਕੀਤੀ ਉਹਨਾਂ ਦੀਆਂ ਕਾਪੀਆਂ ਦੇ ਚੜ੍ਹਾ ਕੇ ਅਤੇ ਬੈਂਕ 'ਚ ਜਮ੍ਹਾਂ ਨਹੀਂ ਕੀਤੇ ਉਹ ਪੈਸੇ। ਉਹਦੇ 'ਚ ਇਹਨਾਂ ਨੇ ਉਹ ਠੱਗੀ ਸੀਗੀ ਜੀ 7,20,821.50 ਰੁਪਏ ਉਹ ਠੱਗੀ ਮਾਰੀ। ਫਿਰ 15,850 ਰੁਪਏ ਜਿਹੜਾ ਹਿਸਾਬ ਨਹੀਂ ਰਲਦਾ ਸੀ ਉਹ ਵੀ ਸਾਡੇ ਕੋਲ ਲਿਖਤੀ ਹੈਗਾ ਜੀ ਸਾਰਾ ਕੁਛ। ਟੋਟਲ ਇਹ ਬਣਦਾ 12,27,670 ਰੁਪਏ ਉੱਤੇ ਵਿਆਜ, ਇਹ ਬਣਦਾ ਜੀ।
ਉਸ ਤੋਂ ਬਾਅਦ ਇਹਨਾਂ ਨੇ ਫਿਰ ਇੱਕ ਹੋਰ ਵੱਡੀ ਗਲਤੀ ਹੋਰ ਕੀਤੀ, ਘਪਲਾ ਕੀਤਾ ਜੀ ਸਟੱਡੀ 'ਚ, ਧੋਖਾ ਕੀਤਾ ਸਾਡੇ ਪਿੰਡ ਨਾਲ, ਜਿਹੜਾ ਕਿ ਇਹਨਾਂ ਨੇ ਉੱਥੇ ਇੱਕ ਸੇਵਾਦਾਰ ਰਿਟਾਇਰ ਹੋਇਆ ਸਾਡੇ ਪਿੰਡ ਦਾ, ਚੌਂਕੀਦਾਰ ਸਟੱਡੀ ਦੇ ਵਿੱਚ ਰੱਖਣਾ ਸੀ। ਪਹਿਲੀ ਗੱਲ ਤਾਂ ਸੁਸਾਇਟੀ ਦੇ ਲਾਅ ਮੁਤਾਬਕ ਚੌਂਕੀਦਾਰ ਇਹ ਰੱਖ ਸਕਦੇ ਆ ਜੀ, ਜੇ ਕੋਪਰੇਟ ਸਟੱਡੀ ਨਫੇ 'ਚ ਹੋਵੇ, ਅਤੇ ਉਸ ਕੋਪਰੇਟ ਤਾਂ ਸਾਡੀ ਪਹਿਲਾਂ ਹੀ ਘਾਟੇ ਚੱਲੀ ਜਾਂਦੀ ਹੈ। ਉਹਦੇ 'ਚ ਇਹਨਾਂ ਨੇ ਉਹ ਜਿਹੜਾ ਕੋਪਰੇਟ ਦੇ ਵਿੱਚ ਇੱਕ ਚੌਂਕੀਦਾਰ ਰੱਖਿਆ, ਉਹਦੀ ਉਮਰ ਉਦੋਂ 51-52 ਸਾਲ ਦੇ ਲਗਭਗ ਸੀ, ਅਤੇ ਇਹਨਾਂ ਨੇ ਉਹਦੇ 'ਚ ਇਹ ਹੁੰਦਾ ਵੀ ਰਜਿਸਟਰਾਰ ਦਾ ਮਤਾ ਨਾਲ ਲੈਣਾ ਹੁੰਦਾ ਜੀ ਸਹਿਮਤੀ, ਇਹਨਾਂ ਨੇ ਇੱਥੋਂ ਮਤਾ ਪਾ ਕੇ ਇੰਸਪੈਕਟਰ ਨੇ ਆਪਦੇ ਸਾਈਨ ਕਰਤੇ, ਅਤੇ ਏ ਆਰ ਦੀ ਮਨਜ਼ੂਰੀ 'ਤੇ ਇਹਨਾਂ ਨੇ ਉਹ ਚੌਂਕੀਦਾਰ ਰੱਖ ਲਿਆ ਜੀ। ਉਹਦਾ ਵੀ ਸਾਡੇ ਕੋਲ ਆ ਕਾਪੀ ਹੈਗੀ ਆ, ਆਹ ਜਿਹੜੀ ਮਤੇ ਦੀ ਕਾਪੀ ਆ ਜੀ ਸਾਡੇ ਨਾਲ ਲੱਗੀ ਆ ਸਾਰੀ, ਆਹ ਇੱਥੇ AR ਸਾਹਿਬ ਦੇ ਸਾਈਨ ਹੈ, ਆਹ ਇੰਸਪੈਕਟਰ ਸਾਹਿਬ ਦੇ ਸਾਈਨ ਹੈ, ਇਹਦੇ 'ਤੇ ਰਜਿਸਟਰਾਰ ਚੰਡੀਗੜ੍ਹ ਤੋਂ ਇਹਨਾਂ ਨੇ ਕੋਈ ਮਨਜ਼ੂਰੀ ਨਹੀਂ ਲਈ। ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ, ਉਹ ਚੌਂਕੀਦਾਰ ਦੇ ਜਾਲੀ ਦਸਤਾਵੇਜ਼ ਤਿਆਰ ਕੀਤੇ, ਉਹਦਾ ਇੱਕ ਚੌਂਕੀਦਾਰਾ ਸਰਟੀਫਿਕੇਟ ਹੁੰਦਾ ਜਿਹਨੂੰ ਕੋਈ ਮੰਨਦਾ ਨਹੀਂ, ਇਹਨਾਂ ਨੇ ਉਹ ਚੌਂਕੀਦਾਰਾ ਸਰਟੀਫਿਕੇਟ ਉਹਦਾ ਗਲਤ ਬਣਾਇਆ। ਆਹ ਉਹਦਾ ਸਰਟੀਫਿਕੇਟ ਹੈ ਜੀ, ਇਹਦੇ 'ਚ ਉਹਦੇ ਡੇਟ ਆਫ ਬਰਥ ਦਾ ਬਣਾਇਆ ਜੀ 1975 ਦਾ, ਹਾਲਾਂਕਿ ਉਹਦਾ ਪੁੱਤਾਂ ਪੁੱਤਰਿਆਂ ਦਾ, ਔਰ ਉਹਦੀ ਅੱਜ ਏਜ ਹੈਗੀ ਹੈ ਘੱਟੋ ਘੱਟ ਵੀ 60 ਸਾਲ। ਫਿਰ ਅਸੀਂ ਜੀ ਇਹ ਦਸਤਾਵੇਜ਼ ਲਏ, ਫਿਰ ਅਸੀਂ ਉਹਦੀ ਵੋਟ ਲਿਸਟ ਕਢਾਈ ਜੀ। ਆਹ ਉਹਦੀ ਵੋਟ ਲਿਸਟ ਹੈ ਜੀ, ਆਹ ਉਹਦਾ ਨਾਂ ਹੈ ਜਗਸੀਰ ਸਿੰਘ ਸਨ ਆਫ ਅਰਜਨ ਸਿੰਘ, 59 ਸਾਲ ਉਮਰ ਇਹਦੀ ਬਣਦੀ ਹੈ ਜੀ 2017 'ਚ ਵੋਟ ਲਿਸਟ 'ਤੇ, ਇਹ ਉਹਦਾ ਡੇਟ ਆਫ ਬਣਾਈ ਜਾਂਦੀ 75, ਨਾਂ ਉਹਦਾ ਬਣਾਈ ਜਾਂਦਾ ਜਗਸੀਰ ਸਿੰਘ, ਹਾਲਾਂਕਿ ਉਹ ਜਗਸੀਰ ਸਿੰਘ ਨਹੀਂ ਕਸ਼ਮੀਰ ਸਿੰਘ ਸਨ ਆਫ ਅਰਜਨ ਸਿੰਘ ਹੈ। ਆਹ ਉਹਦੀ ਮਾਤਾ ਦਾ ਨਾਂ ਇੱਥੇ ਗੁਲਾਬ ਕੌਰ ਰਲਦਾ ਜੀ, ਗੁਲਾਬ ਕੌਰ ਮਾਤਾ ਦਾ ਨਾਂ ਸਹੀ ਹੈ, ਪਿਤਾ ਦਾ ਨਾਂ ਸਹੀ ਅਰਜਨ ਸਿੰਘ, ਔਰ ਉਹਦਾ ਨਾਂ ਗਲਤ ਕਰਤਾ ਜੀ ਇਹਨਾਂ ਨੇ, ਜਗਸੀਰ ਸਿੰਘ ਬਣਾਤਾ। ਆਹ ਅਸੀਂ ਉਹਦੀਆਂ ਦੋ ਨਾਲ ਵੋਟ ਲਿਸਟਾਂ ਜੀ ਸਾਡੇ ਕੋਲ ਦੋ, ਇੱਕ ਪੁਰਾਣੀ ਹੈ ਇੱਕ ਨਵੀਂ ਹੈ, ਇਹ ਲਾਈਆਂ। ਹੁਣ ਅੱਗੇ ਅਸੀਂ ਇਹਦੀ ਪੈਰਵਾਈ ਪੂਰੀ ਕਰਾਂਗੇ, ਗਾਂਹ ਜੋ ਅਦਾਲਤ ਦਾ ਫੈਸਲਾ ਹੈ ਉਹ ਮੰਨਾਂਗੇ ਜੀ। ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ, ਜਗਤ ਸੇਵਕ ਵੈੱਬ ਟੀਵੀ।